वेलकम टू दिस एपीसोड ऑफ द हरप्रीत सिंह शो अज के सैगम मुलाकात करवा जा रहे हैं सुलेमान हाशमी जेडे के एक नामवर आईसीबीसी दे के वकील हैं रब ना करे कहीं किसी का एक्सीडेंट लेकिन जेकर कोई एक्सीडेंट हो जाता है ਉਸ ਤੋਂ ਬਾਅਦ ਜਦੋਂ ਵਕੀਲ ਕੋਲ ਜਾਣਾ ਹੈ ਕਿਹੜੀ ਚੀਜ਼ਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੇ ਕੁ ਖਰਚੇ ਹੋਣੇ ਨੇ ਤੇ ਉਸ ਤੋਂ ਇਲਾਵਾ ਕਿਹੜੇ ਸਾਡੇ ਅਧਿਕਾਰ ਹਨ ਜਿਹੜੇ ਕਿ ਸਾਨੂੰ ਮਿਲਣੇ ਚਾਹੀਦੇ ਨੇ ਆਓ ਇਸੇ ਸੰਬੰਧ ਵਿੱਚ ਕੁਝ ਜਾਣਕਾਰੀ ਲੈਨੇ ਆ ਸੁਲੇਮਾਨ ਹਾਸ਼ਮਿਤ जियानु जी वेलकम टू द प्रोग्राम थैंक यू जी हरप्रीत जी जियानु सो ਸਭ ਤੋਂ ਪਹਿਲਾਂ ਤਾਂ ਸੁਲਮਾਨ ਜਦੋਂ ਐਕਸੀਡੈਂਟ ਹੁੰਦਾ ਹੈਗਾ ਤੇ ਬੰਦਾ ਵੈਸੇ ਹੀ ਘਬਰਾਇਆ ਹੁੰਦਾ ਤੁਸੀਂ ਹਮੇਸ਼ਾ ਆ ਕੇ ਜਿਹੜਾ ਸਾਨੂੰ ਐਜੂਕੇਟ ਕਰਦੇ ਹੋ ਉਸ ਤੋਂ ਬੜੀ ਜਾਣਕਾਰੀ ਮਿਲਦੀ ਹੈ ਬੰਦਾ ਹੋਰ ਸਿਹਰਦ ਹੁੰਦਾ ਉਸ ਨੂੰ ਪਤਾ ਚੱਲਦਾ ਹੈ ਕਿ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੁਣ ਗੱਲ ਕਰੀਏ ਕਿ ਜੇ ਕੋਈ ਐਕਸੀਡੈਂਟ ਹੋ ਗਿਆ ਤਾਂ ਤੁਹਾਡੇ ਕੋਲ ਕੋਈ ਵਕੀਲ ਦੇ ਕੋਲ ਕਿਸੇ ਕੋਲ ਵੀ ਜਾਂਦਾ ਕੋਈ ਜਿੱਤੀ ਤਾਂ ਕਿਹੜੀ ਕਿਹੜੀ ਚੀਜ਼ਾਂ ਦਾ ਉਹਨੂੰ ਪਤਾ ਹੋਣਾ ਚਾਹੀਦਾ ਹੈ ਤੇ ਤੁਸੀਂ ਕਿਹੜੀਆਂ ਕਿਹੜੀਆਂ ਸਰਵਿਸਿਜ਼ ਉੱਤੇ ਪ੍ਰੋਵਾਈਡ ਕਰਦੇ ਹੋ ਠੀਕ ਹੈ ਤੁਹਾਡਾ ਸਵਾਲ ਕਾਫੀ ਐਕਸਟੈਂਸਿ जवाब देना बेसिकली हो गया कि जो है अगर एक्सीडेंट जो है कार एक्सीडेंट है आईसी बी सी या टेक्नीकली जरा दूजा ड्राइवर है लेकिन क्योंकि उन्होंने इंश्योरेंस होंगी आईसी बी सी आईसी बी सी पैसे देंगे ਤੇ ਅਮ ਇਹਦੇ ਉੱਤੇ ਇਹ ਹੁੰਦਾ ਕਿ ਸਾਰੇ ਜਿਹੜੇ ਖਰਚੇ ਨੇ ਕਈ ਖਰਚੇ ਤਨੂੰ ਆਪਣੇ ਆਪ ਬਰਦਾਸ਼ਤ ਕਰਨੇ ਪੈਣੇ ਆ ਸ਼ੁਰੂ ਚੇ ਤੇ ਕਈ ਜਿਹੜੇ ਨੇ ਔਰ ਜਿਹੜੇ ਲਾ ਫਰਮਸ ਨੇ ਉਹ ਹੈਲਪ ਕਰਦੇ ਨੇ ਜਦੋਂ ਉਸ ਹੱਦ ਤੱਕ ਜਾਂੋਂ ਤੱਕ ਤੁਹਾਡੀ ਕਲੇਮ ਜਿਹੜੀ ਸੈਟਲ ਨਹੀਂ ਹੁੰਦੀ ਜੀ ਸੋ ਉਹ ਕਿਹੜੇ ਖਰਚੇ ਹਨ ਜਿਹੜੇ ਕਿ ਆਪ ਬੇਅਰ ਕਰਨੇ ਪੈਂਦੇ ਨੇ ਤੇ ਨਾਲ ਜਿਹੜੇ ਕਿਹੜੇ ਲਾ ਫਰਮ ਜਿਹੜੀਆਂ ਕਰਦੀਆਂ ਉਹ ਤੋਂ ਸਾਨੂੰ ਅੱਜ ਜਾਣੂ ਕਰਾ ਠੀਕ ਹੈ ਜਿਹੜੇ ਟਿਪੀਕਲ ਜਿਹੜੇ ਲਾ ਫਰਮਸ ਨੇ ਮੈਂ ਸਿਰਫ ਆਪਣੀ ਗੱਲ ਨਹੀਂ ਕਰ ਰਿਹਾ ਜਿਹੜੇ ਇਹ ਕਰਦੇ ਨੇ ਲਾ ਫਰਮਸ ਯੂਸ਼ੁਅਲੀ ਇਹ ਕਹਿੰਦੇ ਨੇ ਅਗਰ ਤੁਸੀਂ ICICI ਦੇ ਅਲਾਵਾ ਕੋਈ ਕੰਮ ਕਰਾਓਗੇ ਜਿਵੇਂ ਤੁਸੀਂ ਆਪਣੀ ਕੰਪਨੀ ਬਣਾਓਗੇ जिमें अपनी कोई शेयरस वगैरह ट्रांसफर करोगे तो घर खरीदोगे um, कोई आम जी लिटिगेन करोगे तो डिस्प्यूट यूजअली जो वकील ने पैसे लैन गए थोड़े को अं yeah. भी लवोंगे इस right. किस्म के केस जो असं कहों दो हज़ार या चार हज़ार पांच हज़ार दे दो जमा कराओ जी. उस तो अ तो अपनी फीस लवोंगे खर्चे लवोंगे mm -hmm. तो फिर थोड़ी केस नाव आईसी बी सी केसिस चढ़ ले लो बे डिफरेंट उन्हें यह होंगे कि अगर असी केस पहले तो वकील केस वेखनी पैदा है कि यह केस ਇਹੜੀ ਇਹਦੇ ਉੱਤੇ ਹੋ ਸਕਦਾ ਹੈ ਚਾਂਸ ਕਿ ਨਹੀਂ ਲੇਕਿਨ ਜਦੋਂ ਅਸੀਂ ਕੇਸ ਉਹ ਵੇਖਨੇ ਆ ਅਸੀਂ ਅਗਰ ਉਹ ਸਮਝਨੇ ਆ ਕਿ ਇਹ ਜਿਹੜਾ ਕੇਸ ਹੈ ਇਹ ਠੀਕ ਹੈ ਇਹ ਬੰਦੇ ਨੂੰ ਵਾਕਈ ਇੰਜਰੀਜ਼ ਹੋਈ ਹੈ ਜਿਹੜੀ ਫਾਲਟ ਵਗਾਰਾ ਇਸ ਨਾਟ ਐਨ ਇਸ਼ੂ ਫਿਰ ਜਿਹੜੇ ਵਕੀਲ ਨੇ ਉਹ ਕਹਿ ਸਕਦੇ ਨੇ ਠੀਕ ਹੈ ਇਹਦੇ ਚ ਅਸੀਂ ਜਿਹੜੇ ਕਲਾਇੰਟ ਦਾ ਖਰਚਾ ਨਹੀਂ ਸੀ ਪਾਵਾਂਗੇ ਅਸੀਂ ਇੱਕ ਤੇ ਅਸੀਂ ਫੀਸ ਜਿਹੜੀ ਹੈ ਪਰਸੈਂਟੇਜ ਲਵਾਂਗੇ ਜਿਸ ਹੱਦ ਤੱਕ ਉਸ ਕਲਾਇੰਟ ਨੂੰ ਪੈਸੇ ਨਹੀਂ ਦੇਣੇ ਪੈਣੇ ਜੋਂ ਤੱਕ ਐਂਡ ਤੇ ਸੈਟਲਮੈਂਟ ਨਾ ਹੋਏ ਨੰਬਰ 1 ਨੰਬਰ 2 ਉਹਦੇ ਉੱਤੇ ਅਸੀਂ ਖਰਚੇ ਵੀ ਦੇ ਸਕਦੇ ਨੇ ਕਿਉਂਕਿ ਕਈ ਉਹ ਜਿਹੜੀ ਕੇਸ ਬਣਾਉਣ ਵਾਸਤੇ ਇਸ ਕੁਆਇਟ ਐਕਸਪੈਂਸਿਵ ਐਂਡ ਕਾਫੀ ਖਰਚੇ ਤੋੜੇ ਲੱਗੇਗੇ ਸੋ ਖਰਚੇ ਜਦੋਂ ਤੁਸੀਂ ਕਹਿੰਦੇ ਹੋ ਕਿਸ ਕਿਸਮ ਦੇ ਖਰਚੇ ਜਿਹੜੇ ਨੇ ਕਿ ਲਾ ਫਰਮਸ ਨੂੰ ਬੇਅਰ ਕਰਨੇ ਪੈਂਦੇ ਠੀਕ ਹੈ ਵੈਰੀ ਗੁੱਡ ਕੁਐਸਚਨ ਔਨ ਦਿ ਚੀਟ देयर इज अ ਲੋਟ ਆਫ ਖਰਚੇ ਲਾਈਕ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਇੱਕ ਬੜੀ ਵੱਡੀ ਕੇਸ ਅਸੀਂ ਇੰਨੀ ਵੱਡੀ ਵੀ ਨਹੀਂ ਲੇਕਿਨ ਵੱਡੀ ਕੇਸ ਸੀ ਅਸੀਂ ਸੈਟਲ ਕੀਤੀ ਹੈ ਹੁਣੇ ਕੁਝ ਮਹੀਨੇ ਪਹਿਲੇ 4 ਲੱਖ ਦੀ ਕੇਸ ਸੀ ਐਂਡ ਉਹਦੇ ਉੱਤੇ ਜਿਹੜੀ ਸਾਰੇ ਡਿਸਪਰਸਮੈਂਟਸ ਯਾਨੀ ਸਾਰੇ ਖਰਚੇ ਸਨ ਡਾਕਟਰ ਦੇ ਸਾਰੇ ਕੋਸ਼ੇਰੇ ਫਰਮ ਨੇ ਦਿੱਤੀ ਸੀ ਇਟ ਵਾਸ ক্লোਜ਼ ਟੂ 50000 ਡਾਲਰਸ ਵਾਓ ਨੋ ਵੈਨ ਯੂ ਸੇ ਡਾਕਟਰਸ ਦੇ ਖਰਚੇ ਵਾਟ ਯੂ ਮੀਨ ਕੀ ਤੁਹਾਨੂੰ ਕੇ ਪੈਸੇ ਦੇਣੇ ਪੈਂਦੇ ਨੇ ਕੋਈ ਰਿਪੋਰਟਸ ਮੰਗਵਾਉਣ ਵਾਸਤੇ ਵੀ ਬੇਸਿਕਲੀ ਇਹ ਹੁੰਦਾ ਇਗਜ਼ੈਕਟਲੀ ਇਗਜ਼ੈਕਟਲੀ ਤੇ ਇਸ ਵਾਸਤੇ ਇਹ ਵੀ ਹੁੰਦਾ ਕਿ ਅਗਰ ਬੇਸਿਕਲੀ ਸਿਸਟਮ ਹੈ ਜਦਾ ਤੁਸੀਂ ਆਪਣੇ ਆਪ ਕਰ ਸਕਦੇ ਹੋ ਕੇਸ ਲੇਕਿਨ ਅਗਰ ਵਕੀਲ ਕਰੇਗਾ ਇੱਕ ਤੇ ਉਹਨਾਂ ਨੂੰ ਨੌਲੇਜ ਹੈ ਦੂਜੇ ਉਹਨਾਂ ਨੂੰ ਐਕਸੈਸ ਹੈ ਥਰਡ ਉਹਨਾਂ ਨੂੰ ਫਾਈਨੈਂਸ਼ੀਅਲ ਰਿਸੋਰਸ ਵੀ ਹੈਗੇ ਨੇ ਰਾਈਟ ਅਗਰ ਤੁਸੀਂ ਆਮ ਆਪਣੇ ਕੇਸ 'ਚ ਰੀਐਕਸਡੈਂਟ ਹੁੰਦਾ ਹੈ ਤੁਸੀਂ ਕਹਿੰਦੇ ਆਈਸੀਬੀਸੀ ਤੋਂ ਕੋਲ ਮੈਂ ਆਪਣੇ ਆਪ ਜਾਨਣਾ ਹੈ ਆਈਸੀਬੀਸੀ ਨੇ ਕਹਿਣਾ ਇਹ ਪੈਸੇ ਤੁਸੀਂ ਲੈ ਲਓ ਤੇ ਜਾਓ ਤੇ ਸਾਈਨ ਕਰੋ ਕੱਲ ਨੂੰ ਕੁਝ ਹੁੰਦਾ ਹੈ ਫਿਨਿਸ਼ਡ ਕੱਲ ਨੂੰ ਯਾਨੀ ਪੈਸੇ ਲੈ ਕੇ ਉਸ ਦਿਨ ਤੋਂ ਬਾਅਦ ਤੁਹਾਨੂੰ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ ਹੋਰ ਯਾਨ ਜਿਹੜੀ ਪਹਿਲੇ ਦਰਦ ਹੋ ਰਹੀ ਸੀ ਉਹ ਜ਼ਿਆਦਾ ਹੋ ਰਹੀ ਹੈ ਸੱਚੇ ਡਸਨਟ ਮੈਟਰ ਤੁਸੀਂ ਸਾਈਨ ਕਰਤਾ ਕੰਮ ਖਤਮ ਜੀ ਜੇਰਾ ਸਟੱਡੀ ਜ਼ਿੰਮੇਦਾਰੀ ਹੈ ਐਜ਼ ਅ ਵਕੀਲ ਅਸੀਂ ਪੂਰੀ ਇਨਵੈਸਟੀਗੇਸ਼ਨ ਕਰਨੀ ਹੁੰਦੀ ਹੈ ਤੇ ਮੈਂ ਵਕੀਲ ਆ ਮੈਂ ਡਾਕਟਰ ਤੇ ਨਹੀਂਗਾ ਰਾਈਟ ਜੇਰਾ ਡਾਕਟਰ ਹੈ ਉਹ ਹੀ ਦੱਸ ਸਕਦਾ ਹੈ ਕਿ ਕਿਸ ਹੱਦ ਤੱਕ ਇੰਜਰੀਜ਼ ਨੇ ਕਿਸ ਹੱਦ ਤੱਕ ਇਹਨਾਂ ਨੇ ਜਾਣਾ ਹੈ ਤੇ ਫਿਰ ਉਹ ਆਪਣਾ ਬਿੱਲ ਵੀ ਦੇ ਦਿੰਦੇ ਨੇ ਕਿ ਕਿੰਨੇ ਪੈਸੇ ਅਸੀਂ ਲੈਣੇ ਨੇ ਰਿਪੋਰਟ ਬਣਾਉਣ ਵਾਸਤੇ ਸੋ ਜਨਰਲ ਰਿਪੋਰਟ ਵਾਸਤੇ ਵੀ ਤੁਹਾਨੂੰ ਉਹ ਸਾਰੇ ਪੇਮੈਂਟ ਕਰਨੀ ਪੈਂਦੀ ਹੈਗੀ ਬਿਲਕੁਲ ਓਕੇ ਸੋ ਇਹ ਸਾਰਾ ਕੁਝ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਇਹ ਤੁਸੀਂ ਲਾ ਫਰਮ ਜਿਹੜੀਆਂ ਹੈਗੀਆਂ ਨਾ ਉਹ ਪਹਿਲਾਂ ਡਿਸਬੋਰਸ ਕਰਦੀਆਂ ਨੇ ਇਹ ਸਾਰੇ ਖਰਚੇ ਕਰਕੇ ਉਹ ਜਦੋਂ ਕੇਸ ਸੈਟਲ ਹੋਣਾ ਉਹ ਤਾਂ ਵੱਖਰੀ ਗੱਲ ਹੋ ਗਈ ਸੋ ਇਹਦੇ ਵਿੱਚ ਅਗੇਨ ਜਿਸ ਤਰ੍ਹਾਂ ਡਾਕਟਰ ਦੀ ਤੁਸੀਂ ਗੱਲ ਕੀਤੀ ਹੈ ਕੋਈ ਹੋਰ ਜਿਹੜੇ ਮੇਜਰ ਖਰਚੇ ਨੇ ਕੀ ਉਹ ਉਹਨਾਂ ਤੋਂ ਵੀ ਜਾਣੂ ਕਰਾ ਦਿਓ ਮੈਂ ਤੁਹਾਨੂੰ ਐਗਜ਼ਾਮਪਲ ਦਿਨਾ ਜਿਵੇਂ ਤੁਸੀਂ ਆਮ ਅਸੀਂ ਕਹਿੰਦੇ ਆਪਲਾ ਕਲਾਇੰਟ ਨੂੰ ਅਗਰ ਤੁਹਾਨੂੰ ਦਰਦਾਂ ਹੋ ਰਹੀਆਂ ਨੇ ਬਕਾਇਦਗੀ ਨਾਲ ਤੁਸੀਂ ਡਾਕਟਰ ਦੇ ਕੋਲ ਜਾਓ ਸੋ ਜਾਂ ਹਰ ਅਗਰ ਬਹੁਤ ਜ਼ਿਆਦਾ ਹੋ ਰਹੀ ਹੈ ਹਰ ਹਫਤੇ ਤੁਹਾਨੂੰ ਜਾਣਾ ਚਾਹੀਦਾ ਹੈ ਅਗਰ ਮੋਡਰੇਟ ਹੋ ਰਹੀਆਂ ਨੇ ਮੇਬੀ ਏਵਰੀ 2 ਕੀ ਸੀ ਮੇਬੀ ਵਾਂਸ ਅ ਮੰਥ ਉਸ ਹੱਦ ਤੱਕ ਜਿੰਨੀ ਤੁਹਾਡੀ ਦਰਦਾਂ ਹੋ ਰਹੀਆਂ ਨੇ ਜਿਹੜੀ ਅਸੀਂ ਜਿਹੜੀ ਕੇਸ ਵੇਖਣੀ ਅਸੀਂ ਸਾਰੀ ਫਾਈਲ ਬਣਾਣੀ ਹੈ ਉਹ ਜਿਹੜੇ ਡਾਕਟਰ ਦੇ ਜਿਹੜੇ ਰਿਕਾਰਡਸ ਨੇ ਉਸਨੂੰ ਮੰਗਾਣੇ ਪੈਂਦੇ ਨੇ ਅਕਸਰ ਸਾਨੂੰ ਬਿੱਲ ਆਂਦਾ ਹੈ ਕਿ ਡਾਕਟਰ ਦਾ ਬਿੱਲ ਆਂਦਾ ਹੈ ਉਹਨਾਂ ਦਾ ਖਤ ਆਂਦਾ ਹੈ ਕਿ ਆ ਠੀਕ ਹੈ ਅਸੀਂ ਤੁਹਾਨੂੰ ਜਨੂਅਰੀ ਤੋਂ ਲੈ ਕੇ ਡਿਸੰਬਰ ਤੱਕ ਤੁਹਾਨੂੰ ਸਾਰੀਆਂ ਰਿਕਾਰਡ ਦਿੰਦੇ ਆ ਤੇ ਇਹਨੇ ਪੈਸੇ ਅਸੀਂ ਮੰਗਨੇ ਨੇ ਜੋ ਡਾਕਟਰ ਤੁਸੀਂ پیسے ਨਹੀਂ ਲਿਖਦੇ ਤੇ ਨਹੀਂ گے ਲੇਕਿਨ ਜਦ ਡਾਕਟਰ ਤੁਸੀਂ پیسے ਨਹੀਂ ਦੇਵਗੇ ਤਦ ਤੱਕ ਨਹੀਂ ਆਉਂਦੀ ਐ ਐਗਜੈਕਟਲੀ ਐਗਜੈਕਟਲੀ ਸੋ ਉਹ ਜਿਹੜਾ ਖਰਚਾ ਉਹ ਲਾਫਰਮ ਦਿੰਦੀ ਹੈ ਹਾਂ ਹਾਂ ਨਾਰਮਲੀ ਓਕੇ ਅਮ ਕੇ ਲਾਫਰਮ ਸਨੀ ਦਿੰਦੀ ਲੇਕਿਨ ਅਸੀਂ ਦਿੰਨੇ ਆਪਣੇ ਫਾਰਮ 'ਚ ਜੀ ਇਹ ਇੱਕ ਕਿਸਮ ਦਾ ਖਰਚਾ ਹੈ ਇਹ ਹੁੰਦਾ ਐਕਸਪੈਂਸਿਵ ਲੇਕਿਨ ਇਨਾ ਵੀ ਨਹੀਂ ਐਕਸਪੈਂਸਿਵ ਹੁੰਦਾ ਜਿੱਦਿ ਐਕਸਪੈਂਸਿਵ ਹੁੰਦਾ ਜਿਹੜੇ ਕੋਈ ਮੈਡੀਕਲ ਰਿਪੋਰਟਸ ਲੈਣੇ ਨੇ ਜੇ ਡਾਕਟਰ ਜਿਹੜਾ ਇੱਕ ਹੱਦ ਤੱਕ ਤਾਨੂੰ ਸਾਰਾ ਏਵੈਲਿਊਏਟ ਕਰਦਾ ਹੈ ਠੀਕ ਹੈ ਕਹਦੇ ਹੋ 2 ਸਾਲ ਤੋਂ ਨੂੰ ਵੇਖ ਰਿਹਾ ਹਾਲੀ ਤੱਕ ਤਾਨੂੰ ਦਰਦਾਂ ਹੋ ਰਹੀਆਂ ਨੇ ਕਿਸ ਹੱਦ ਤੱਕ ਤੋੜੀਆਂ ਠੀਕ ਹੋਈਆਂ ਨੇ ਜੀ ਉਸ ਤੋਂ ਬਾਅਦ ਜਿਹੜੀ ਹੈ ਉਹ ਰਿਪੋਰਟ ਅਸੀਂ ਕਹਨੇ ਆ ਡਾਕਟਰ ਨੂੰ ਕਿ ਤੁਸੀਂ ਹੁਣ ਰਿਪੋਰਟ ਲਿਖੋ ਕਿ ਕੀ ਕੀ ਹੋਇਆ ਜੀ ਉਸ ਤੋਂ ਇਲਾਵਾ ਕਿ ਜਿਹੜੇ ਰਿਕਾਰਡਸ ਤੁਸੀਂ ਮੰਗਾ ਲਏ ਨੇ ਉਹ ਜਿਹੜੀ ਡਾਕਟਰ ਦੀ ਇਨੀ ਮੁਸ਼ਕਲ ਲਿਖਾਈ ਹੁੰਦੀ ਹੈ ਉਹ ਤੁਹਾਨੂੰ ਪੜ੍ਹਨਾ ਪੈਂਦਾ ਹੈ ਲੇਕਿਨ ਉਸ ਤੋਂ ਬਾਅਦ ਇੱਕ ਰਿਪੋਰਟ ਹੁੰਦੀ ਹੈ ਉਹ ਰਿਪੋਰਟ ਹੁੰਦੀ ਇਟਸ ਅ ਸਿਸਿੰਕਟ ਟਾਈਟਡ ਅਪ ਰਿਪੋਰਟ ਐਂਡ ਇਟ ਐਕਚੁਅਲੀ ਡਿਸਕ੍ਰਾਈਬਸ ਯਰ ਕੰਡੀਸ਼ਨ ਐਂਡ ਕਿਸ ਹੱਦ ਤੱਕ ਕਿੱਥੇ ਤੱਕ ਜਾਏਗੀ ਉਸ ਰਿਪੋਰਟ ਦੇ ਬੇਸ ਦੇ ਉੱਤੇ ਅਸੀਂ ਫਿਰ ਏਵੈਲਿਊਏਟ ਕਰਨੇ ਆ ਕਿ ਅਸੀਂ ਕੋਰਟ ਚ ਜਾਣਾ ਹੈ ਯਾ ਅਸੀਂ ਸੈਟਲ ਕਰਨਾ ਹੈ ਜਾਂ ਅਸੀਂ ਯੂ نو ਫੁੱਲ ਫਾਈਟ ਕਰਨੀ ਹੈ। ਓਕੇ। ਸੋ ਸੁਲਮਨ ਇਜ਼ देयर ਅ ਟਾਈਮ ਲਿਮਿਟ ਆਲਸੋ ਸੈਟ ਅਪ ਜਿਸ ਨਾਲ ਤੁਸਕਾ ਦੋ ਸਾਲਾਂ ਤੱਕ ਰਿਪੋਰਟ ਵਗੈਰਾ ਚਲਦੀ ਰਹਿੰਦੀ ਨੇ ਕੋਈ ਪਾਰਟਿਕੂਲਰ ਕੇਸ ਦਾ ਕੋਈ ਫਿਕਸ ਪੀਰੀਅਡ ਨਹੀਂ ਹੁੰਦਾ ਹੈਗਾ? ਪਰ ਇਟ ਕੈਨ ਜਸਟ ਕੰਟੀਨਿਊ ਫਾਰ ਈਅਰਸ ਫੋਰ ਟੂ। ਇਟ ਕੈਨ ਕੰਟੀਨਿਊ ਫਾਰ ਈਅਰਸ। ਲਿਮਿਟ ਤਾਂ ਇਹ ਹੁੰਦਾ ਹੈ ਕਿ ਇੱਕ ਲਿਮਿਟ ਬਹੁਤ ਜ਼ਰੂਰੀ ਹੁੰਦੀ ਹੈ ਕਿ ਜਦੋਂ ਤੋਂ ਥੋੜਾ ਐਕਸੀਡੈਂਟ ਹੋਇਆ ਹੈ ਜੀ ਦੋ ਸਾਲ ਤੱਕ ਤੁਸੀਂ ਇੱਕ ਆਪਣੀ ਕੇਸ ਫਾਈਲ ਕਰਨੀ ਹੈ। ਅੱਛਾ ਜੀ। ਅਗਰ ਤੁਸੀਂ ਕੇਸ ਆਪਣੀ ਨਵੀਂ ਫਾਈਲ ਕਰੋਗੇ ਦੈਟਸ ਇਟ ਯੂ ਆਰ ਡਨ ਯੂ ਆਰ ਸਟਕ ਓਕੇ ਯੂ ਆਰ ਆਊਟ ਉਸ ਟਾਈਮ ਦੇ ਦੌਰਾਨ ਜਦੋਂ ਤੁਸੀਂ ਫਾਈਲ ਕਰ ਲਓ ਫਿਰ ਇਹ ਹੁੰਦਾ ਕਿ ਕਿਸ ਹੱਦ ਤੱਕ ਇੰਜਰੀਜ਼ ਹੈਗੀਆਂ ਨੇ ਹੂੰ ਹੂੰ ਅਗਰ 2 ਸਾਲ ਹੋ ਗਏ ਨੇ ਹਾਲੇ ਤੱਕ ਮੈਨੂੰ ਸਰ ਦਰਦ ਹੋ ਰਹੀ ਹੈ ਤੇ ਮੇਰੇ ਬੈਕ 'ਚ ਦਰਦ ਹੋ ਰਹੀ ਹੈ ਮੇਰਾ ਐਕਸੀਡੈਂਟ ਹੋਇਆ ਹੈ ਖੁਦਾ ਨਾ ਖਾਸਤਾ ਹੋਏ ਉਸ ਹੱਦ ਤੱਕ ਅਸੀਂ ਉਹ ਸਾਰੀ ਰੈਕੋਰਡਸ ਲਵਾਂਗੇ ਤੇ ਉਸ ਹੱਦ ਤੱਕ ਅਸੀਂ ਉਹ ਸਾਰਾ ਰੈਕੋਰਡ ਪੇਸ਼ ਕਰਨਾ ਹੈ ਸੋ ਉਸ ਤੋਂ ਬਾਅਦ ਠੀਕ ਹੈ ਇਟਸ ਓਕੇ ਲੇਕਿਨ ਜਿਹੜੀ 2 ਸਾਲ ਦੀ ਲਿਮਟ ਉਹ ਬੜੀ ਜ਼ਰੂਰੀ ਹੈ ਧੰਨਵਾਦ ਜੀ ਇਥੇ ਆ ਕੇ ਸਾਂਝ ਪਾ ਲਈਏ ਦੱਸਣ ਲਈ ਕਿਉਂਕਿ ਜਿਹੜੇ ਬੇਸਿਕ ਪੁਆਇੰਟਸ ਹੈਗੇ ਨੇ ਇਹਦੇ ਬਾਰੇ ਜਦੋਂ ਬੰਦੇ ਨੂੰ ਪਤਾ ਹੁੰਦਾ ਹੈ ਤੇ ਹੀ ਇਸ ਬਿਕਮਿੰਗ ਮੋਰ ਅਵੇਅਰ ਐਂਡ ਜਦੋਂ ਵੀ ਕੋਈ ਉਹਨੂੰ ਫਾਈਨਲ ਸਟੈਪ ਜਿਹੜਾ ਲੈਣਾ ਹੈ ਉਸ ਤੋਂ ਸਹੀ ਉਹ ਡਿਸੀਜਨ ਲੈ ਸਕਦਾ ਹੈ ਧੰਨਵਾਦ ਤੁਹਾਡਾ ਥੈਂਕ ਯੂ ਜੀ ਸੋ ਅੱਜ ਜੋ ਸੀ ਸੁਲੇਮਾਨ ਹਾਸ਼ਮ ਨਾਲ ਗੱਲਬਾਤ ਕੀਤੀ ਉਸ ਵਿੱਚ ਇਹ ਸੀਰੀਜ਼ ਜਿਹੜੀ ਹੈ ਇਸ ਨੂੰ ਅਸੀਂ ਕੰਟੀਨਿਊ ਰੱਖਾਂਗੇ ਜਿਸ ਵਿੱਚ ਕਿ ਤੁਹਾਨੂੰ ਦੱਸਿਆ ਜਾਇਆ ਕਰੇਗਾ ਸੁਲੇਮਾਨ ਹਾਸ਼ਮ ਉਹ ਇਥੇ ਆ ਕੇ ਕਿ ਤੁਹਾਡੇ ਕਿਹੜੇ ਰਾਈਟਸ ਨੇ ਕੀ ਕੁਝ ਇਹ ਸਾਰਾ ਪ੍ਰੋਸੈਸ ਹੁੰਦਾ ਹੈ ਤਾਂ ਕਿ ਤੁਸੀਂ ਅਵੇਅਰ ਹੋਵੋ ਅਤੇ ਸਹੀ ਫ